ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਸਾਡੀ ਅਗਲੀ ਲਿਖਤ ਆਈ ਹੈ ਮੇਘਰਾਜ ਸਿੰਘ ਜੀ ਦੀ ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਕੱਲ ਇੱਕ ਈਮੇਲ ਤੁਹਾਡੇ ਕੋਲ ਗੰਦੇ ਦਿਮਾਗ ਵਾਲੇ ਹਿੰਦੂ ਫਿਰਕੂ ਅਨਿਕੇਤ ਕੁਮਾਰ ਦੀ ਆਈ ਸੀ ਜਿਸ ਵਿੱਚ ਇਹ ਬੰਦਾ ਕਹਿੰਦਾ ਹੈ ਕਿ ਅਸੀਂ ਦਰਬਾਰ ਸਾਹਿਬ ਨੂੰ ਬ੍ਰਹਮੋ ਮਿਜ਼ਾਈਲ ਨਾਲ ਢਾ ਦਿਆਂਗੇ ਅਤੇ ਤੁਹਾਡੀ ਹਸਤੀ ਵੀ ਮਿਟਾ ਦੇਵਾਂਗੇ ਅਤੇ 2021 ਤੱਕ ਪੰਜਾਬ ਨੂੰ ਭਗਵੇਂ ਰੰਗ ਵਿੱਚ ਰੰਗ ਦਿਆਂਗੇ ਦੇਖ ਲਓ ਡਾਕਟਰ ਸਾਹਿਬ ਜੀ ਹਿੰਦੂ ਬ੍ਰਾਹਮਣ ਕੀ ਕੀ ਸੋਚ ਬੈਠੇ ਨੇ ਡਾਕਟਰ ਸਾਹਿਬ ਜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਇੱਕ ਗੱਲ ਕਿਹਾ ਕਰਦੇ ਸੀ ਕਿ ਜਿਹੜੇ ਬੰਦੇ ਡੰਡੇ ਦੇ ਯਾਰ ਹੁੰਦੇ ਨੇ ਉਹ ਬੰਦੇ ਡੰਡੇ ਨਾਲ ਹੀ ਸੂਤ ਆਉਂਦੇ ਨੇ ਜੋ ਕਿ ਬਿਲਕੁਲ ਸੱਚੀ ਗੱਲ ਹੈ ਡਾਕਟਰ ਸਾਹਿਬ ਜੀ ਇਹ ਅਨਿਕੇਤ ਕੁਮਾਰ ਇੱਕ ਬ੍ਰਾਹਮਣ ਹੈ ਫਿਰ ਤਾਂ ਇਸ ਨੇ ਕੋਈ ਚੰਗੀ ਗੱਲ ਨਹੀਂ ਸਮਝਣੀ ਜੇਕਰ ਇਹ ਗੈਰ ਬ੍ਰਾਹਮਣ ਹਿੰਦੂ ਹੈ ਫਿਰ ਇਸ ਨੂੰ ਚੰਗੀ ਗੱਲ ਬਿਲਕੁਲ ਵੀ ਸਮਝ ਨਹੀਂ ਆਉਣੀ ਕਿਉਂਕਿ ਬ੍ਰਾਹਮਣ ਹਿੰਦੂਆਂ ਨੇ ਇਹਨਾਂ ਦਾ ਦਿਮਾਗ ਬਲੌਕ ਕਰ ਦਿੱਤਾ ਹੈ ਅਤੇ ਅਸੀਂ ਇਸ ਅਨਿਕੇਤ ਨੂੰ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਇੱਕ ਵਾਰ ਸਾਡੀ 300 ਸਾਲ ਦੀ ਹਿਸਟਰੀ ਪੜ੍ਹ ਲਵੋ ਜਿਸ ਨੇ ਵੀ ਸਾਡੇ ਦਰਬਾਰ ਸਾਹਿਬ 'ਤੇ ਨਜਾਇਜ਼ ਤਰੀਕੇ ਨਾਲ ਹਮਲੇ ਕੀਤੇ ਸ਼ੁਰੂਆਤ ਉਹਨਾਂ ਨੇ ਕੀਤੀ ਅਤੇ ਖਤਮ ਅਸੀਂ ਕੀਤਾ ਜੇਕਰ 300 ਸਾਲ ਦੀ ਹਿਸਟਰੀ ਨਹੀਂ ਪੜ੍ਹਨੀ ਤਾਂ 30 ਸਾਲ ਪਹਿਲੀ ਹਿਸਟਰੀ ਦੇਖ ਲਓ ਤੁਹਾਡੀ ਇੰਦਰਾ ਗਾਂਧੀ ਬੇਗੁਨਾਹ ਸਿੱਖਾਂ ਦਾ ਖੂਨ ਪੀ ਕੇ ਰਾਜ ਕਰਨਾ ਚਾਹੁੰਦੀ ਸੀ ਪਰ ਸਿੱਖ ਕੌਮ ਦੇ ਯੋਧਿਆਂ ਨੇ ਉਸ ਡਰਪੋਕ ਡਾਇਨ ਪਾਪਨ ਇੰਦਰਾ ਗਾਂਧੀ ਦੁਸ਼ਟ ਨੂੰ ਦਾ ਖਾਤਮਾ ਕਰਕੇ ਬੇਗੁਨਾਹ ਸਿੱਖਾਂ ਦੇ ਖੂਨ ਦਾ ਬਦਲਾ ਲੈ ਲਿਆ ਇਸ ਜੰਗ ਦੀ ਸ਼ੁਰੂਆਤ ਇੰਦਰਾ ਨੇ ਕੀਤੀ ਅਤੇ ਇਸ ਦਾ ਅੰਤ ਸਿੱਖਾਂ ਨੇ ਕੀਤਾ ਅਤੇ ਗਾਂਧੀ ਪਰਿਵਾਰ ਸਿੱਖਾਂ ਤੋਂ ਅਜੇ ਤੱਕ ਵੀ ਡਰਿਆ ਹੋਇਆ ਹੈ ਜੇ ਰਾਹੁਲ ਗਾਂਧੀ ਰਾਤ ਨੂੰ ਸੌਣ ਤੋਂ ਇਨਕਾਰ ਕਰਦਾ ਹੋਵੇਗਾ ਤਾਂ ਸੋਨੀਆ ਗਾਂਧੀ ਕਹਿੰਦੀ ਹੋਵੇਗੀ ਕਿ ਰਾਹੁਲ ਬੇਟਾ ਸੋ ਜਾ ਨਹੀਂ ਤਾਂ ਸਿੱਖ ਆ ਜਾਣਗੇ ਤੇ ਉਹ ਚੁੱਪ ਕਰਕੇ ਸੋ ਜਾਂਦਾ ਹੋਵੇਗਾ ਸਿੱਖ ਵੀ ਅਨਿਕੇਤ ਕਹਿੰਦਾ ਹੈ ਕਿ ਸਿੱਖ ਵੀ RSS ਵਿੱਚ ਭਰਤੀ ਕਰ ਲਏ ਹਨ ਇਹ ਕੰਮ ਤੁਸੀਂ ਚੰਗਾ ਕੀਤਾ ਤੁਸੀਂ ਆਪਣੇ ਗਲੇ ਵਿੱਚ ਆਪ ਹੀ ਫੰਦਾ ਪਾ ਲਿਆ ਹੈ ਜਿਸ ਦਿਨ ਵੀ ਸਿੱਖਾਂ ਦੀ ਜ਼ਮੀਰ ਜਾਗੇਗੀ ਚੜੇ ਤੁਸੀਂ RSS ਵਿੱਚ ਭਰਤੀ ਕੀਤੇ ਨੇ ਜਾਂ ਖਰੀਦੇ ਨੇ ਉਸ ਦਿਨ ਉਹੀ ਸਿੱਖ ਤੁਹਾਡਾ ਖਾਤਮਾ ਕਰਕੇ ਤੁਹਾਡਾ ਅੰਤਮ ਸੰਸਕਾਰ ਵੀ ਕਰਨਗੇ ਫਿਰ ਤੁਹਾਡੇ ਪਿੱਛੇ ਤੁਹਾਡੇ ਬੱਚੇ ਮੱਥੇ 'ਤੇ ਹੱਥ ਮਾਰ ਕੇ ਰੋਣਗੇ ਕਿ ਸਾਡੇ ਪੈਸੇ ਵੀ ਗਏ ਅਤੇ ਸਾਡੇ ਬੰਦੇ ਵੀ ਗਏ ਔਰ ਡਾਕਟਰ ਸਾਹਿਬ ਜੀ ਇੱਕ ਤਰਫ ਹਿੰਦੂ ਬ੍ਰਾਹਮਣ ਨੇ ਬੁੱਧ ਧਰਮ ਨੂੰ ਖਾਧਾ ਜੈਨ ਧਰਮ ਨੂੰ ਖਾਧਾ ਤੇ ਹੁਣ RSS ਕਹਿੰਦੀ ਹੈ ਕਿ ਸਾਡਾ ਹੁਣ 800 ਸਾਲ ਬਾਅਦ ਹਾਜ਼ਮਾ ਠੀਕ ਹੋਇਆ ਤੇ ਹੁਣ ਸਿੱਖ ਧਰਮ ਨੂੰ ਖਾਣ ਤੇ ਲੱਗੇ ਹੋਏ ਨੇ ਜੇਕਰ ਤੁਸੀਂ ਦਰਬਾਰ ਸਾਹਿਬ ਤੇ ਹਮਲੇ ਬਾਰੇ ਜਾਂ ਸਿੱਖ ਧਰਮ ਨੂੰ ਖਾਣ ਲਈ ਕੋਈ ਗਲਤ ਹਰਕਤ ਕੀਤੀ ਤਾਂ ਅਸੀਂ ਤੁਹਾਡੇ ਨਾਲ ਪੱਕਾ ਵਾਅਦਾ ਕਰਦੇ ਹਾਂ ਕਿ ਜੇਕਰ ਤੁਸੀਂ ਕੋਈ ਸਰਕਾਰੀ ਸ਼ਕਤੀ ਦਾ ਗਲਤ ਇਸਤੇਮਾਲ ਕਰਕੇ ਸਾਜਿਸ਼ ਸ਼ੁਰੂ ਕੀਤੀ ਤਾਂ ਇਸਦਾ ਐਂਡ ਵੀ ਅਸੀਂ ਕਰਾਂਗੇ ਪਰ ਤੁਸੀਂ ਕੁਝ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਲਿਖ ਕੇ ਦੇ ਜਾਇਓ ਕਿ ਸਿੱਖਾਂ ਨੇ ਸਾਡੇ ਕੋਲੋਂ ਬਦਲਾ ਜ਼ਰੂਰ ਲੈਣਾ ਹੈ ਅਸੀਂ ਤੁਹਾਡੇ ਪੇਟ ਨੂੰ ਚਾਕ ਕਰਕੇ ਜਿਹੜੇ ਧਰਮ ਤੁਸੀਂ ਖੜੇ ਕੀਤੇ ਨੇ ਉਹਨਾਂ ਨੂੰ ਵੀ ਅਸੀਂ ਆਜ਼ਾਦ ਕਰਵਾਵਾਂਗੇ ਅਤੇ ਅਸੀਂ ਵੀ ਆਜ਼ਾਦ ਹੋਵਾਂਗੇ ਅਤੇ ਇਹ ਤੁਹਾਡਾ ਅੰਤ ਹੋਵੇਗਾ ਇਸ ਤੋਂ ਬਾਅਦ ਤੁਸੀਂ ਕਿਸੇ ਹੋਰ ਧਰਮ ਵਿੱਚ ਦਖਲ ਨਹੀਂ ਦਿਓਗੇ ਅਤੇ ਤੁਹਾਨੂੰ ਆਪਣਾ ਧਰਮ ਵੀ ਬਚਾਉਣਾ ਔਖਾ ਹੋਵੇਗਾ ਜੋ ਕਿ 100% ਨਿਸ਼ਚੈਵਾਚਕ ਸੱਚ ਹੈ ਇਸ ਤੋਂ ਬਾਅਦ ਅਸੀਂ ਖਾਲਿਸਤਾਨ ਬਣਾਵਾਂਗੇ ਕਿਉਂਕਿ ਸਾਡੀ ਜਿੰਦ ਅਤੇ ਜਾਨ ਖਾਲਿਸਤਾਨ ਖਾਲਿਸਤਾਨ ਜ਼ਿੰਦਾਬਾਦ ਜੀ ਡਾਕਟਰ ਸਾਹਿਬ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਐਤਕੀ ਬੜੇ ਕਾਵਕ ਅੰਦਾਜ਼ ਵੀ ਰੋਹ ਵੀ ਲੇਕਿਨ ਇੱਕ ਬੈਲੈਂਸ ਵੀ ਰੱਖਿਆ ਉਸ ਦੇ ਵਿੱਚ ਉਹਨਾਂ ਨੇ ਇਹ ਲਿਖਤ ਲਿਖੀ ਹੈ ਹਾਲਾਂਕਿ ਇਸ ਕਿਸਮ ਦੀਆਂ ਹੇਟ ਮੇਲ ਜਿਹੜੀਆਂ ਨਿਕੇਤ ਕੁਮਾਰ ਨੇ ਲਿਖੀਆਂ ਬਹੁਤ ਸਾਰੀਆਂ ਹੁੰਦੀਆਂ ਨੇ ਵੱਖੋ ਵੱਖਰੇ ਨਾਵਾਂ ਥੱਲੇ ਲਿਖਦੇ ਰਹੇ ਹੁਣ ਵੀ ਲਿਖਦੇ ਨੇ ਪਰ ਅਸੀਂ ਕਦੀ ਕਦਾਈ ਇਸ 'ਚੋਂ ਜਿਹੜਾ ਕੋਈ ਸਿੱਧੇ ਤੌਰ ਦੇ ਉੱਤੇ ਉਹਨਾਂ ਦੀ ਜ਼ਹਿਨੀਅਤ ਦਾ ਪ੍ਰਗਟਾਵਾ ਕਰ ਰਿਹਾ ਹੁੰਦਾ ਉਸ ਨੂੰ ਪਿੱਕ ਕਰ ਲੈਂਦੇ ਸੋ ਮੈਂ ਸਮਝਦਾ ਵੀ ਸਾਡੇ ਵੀਰਾਂ ਭੈਣਾਂ ਤੱਕ ਵੀ ਇਹ ਗੱਲ ਪਹੁੰਚਦੀ ਹੈ ਕਿ ਦੁਸ਼ਮਣ ਦੀ ਫਰਸਟ੍ਰੇਸ਼ਨ ਜਾਂ ਉਹਨਾਂ ਦੀ ਨਫ਼ਰਤ ਕਿਸ ਹੱਦ ਤੱਕ ਹੈ ਜੀ ਸੋ ਮੇਘਰਾਜ ਸਿੰਘ ਜੀ ਨੇ ਕਿਉਂਕਿ ਇਹਨੇ ਅਨਿਕੇਤ ਕੁਮਾਰ ਨੇ ਕਿਹਾ ਸੀ ਕਿ ਜੀ ਤੁਸੀਂ ਸਾਡੇ ਨਾਲ ਪੰਗਾ ਲਓ ਐਤਕੀ ਤਾਂ ਅਸੀਂ ਬ੍ਰਹਮੋ ਮਿਜ਼ਾਈਲ ਸਾਡੇ ਕੋਲ ਹੈ ਇੱਕ ਮਿਸਾਈਲ ਜਿਹੜੀ ਉਹਨਾਂ ਨੇ ਬਣਾਈ ਆ ਉਹਦਾ ਨਾਂ ਇਹ ਰੱਖਿਆ ਕਿਉਂਕਿ ਇਹਨਾਂ ਦਾ ਪੁਰਾਣਾ ਜਿਹੜਾ ਮਿਥਿਹਾਸ ਹੈ ਉਹਦੇ 'ਚ ਬ੍ਰਹਮੋ ਅਸਤਰ ਦੀ ਗੱਲ ਹੈ ਜਿਹੜਾ ਸ਼ਸਤਰ ਔਰ ਅਸਤਰ ਅਸਤਰ ਮਿਸਾਈਲ ਨੂੰ ਹੀ ਕਹਿੰਦੇ ਨੇ ਜਿਹੜੀ ਹੱਥੋਂ ਛੱਡੀ ਜਾਏ ਚੀਜ਼ ਜੀ ਔਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਇੱਕ ਤੁਹਾਡੀ ਜ਼ਹਿਨੀਅਤ ਇਹ ਹੈ ਫਿਰ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਨੂੰ ਕੋਟ ਕੀਤਾ ਕਿ ਵੀ ਉਹ
ਉਹਨਾਂ ਦਾ ਇਹ ਕਥਨ ਕਿੰਨਾ ਜਿਹੜਾ ਉਹ ਰੈਲੇਵੈਂਟ ਹੈ ਕਿ ਇਹ ਡੰਡੇ ਦੇ ਯਾਰ ਨੇ, ਡੰਡੇ ਬਿਨਾਂ ਇਹਨਾਂ ਨੇ ਕਾਬੂ ਨਹੀਂ ਹੋਣਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇੱਕ ਬੜੀ ਸੋਹਣੀ ਉਹਨਾਂ ਨੇ ਗੱਲ ਕਹੀ, ਉਹਨਾਂ ਨੇ ਕਿਹਾ ਕਿ ਜੇ ਬ੍ਰਾਹਮਣ ਹੈ ਤਾਂ ਉਹਨੇ ਸਮਝਣਾ ਨਹੀਂ ਹੈ, ਜੇ ਨੌਨ ਬ੍ਰਾਹਮਣ ਹੈ ਤਾਂ ਉਹਦਾ ਵੈਸੇ ਹੀ ਸੋਚ ਬਲੌਕ ਕੀਤੀ ਹੋਈ ਆ, ਉਹਨੂੰ ਸਮਝ ਆਉਣੀ ਨਹੀਂ ਹੈ। ਇੱਕ ਬੇਈਮਾਨ ਹੈ, ਇੱਕ ਜਿਹੜਾ ਉਹ ਕਿਰਾਏ 'ਤੇ ਹੈ, ਉਹ ਜਿਵੇਂ ਜੇ ਕਿਸੇ ਦੀ ਤਨਖਾਹ ਇਸ ਗੱਲ 'ਤੇ ਡਿਪੈਂਡ ਕਰਦੀ ਹੈ ਕਿ ਉਹਨੂੰ ਕੋਈ ਗੱਲ ਨਾ ਜਿਹੜੀ ਹੈ ਉਹ ਗੱਲ ਨਾ ਸਮਝੇ ਤਾਂ ਫਿਰ ਉਹਨੂੰ ਕੋਈ ਸਮਝਾ ਤਾਂ ਨਹੀਂ ਸਕਦਾ ਹੈ। ਬਾਕੀ ਉਹਨਾਂ ਨੇ ਇੱਕ ਜਿਹੜਾ ਬੜਾ ਪੋਇਟੀਕਲ ਵਾਰ ਵਾਰ ਫਰੇਜ਼ ਯੂਜ਼ ਕੀਤਾ ਹੈ ਪਾਸਟ ਔਰ ਕਰੰਟ ਦੇ ਵਿੱਚ ਵੀ, ਕਿ ਵੀ ਇਹ ਠੀਕ ਹੈ, ਸਾਡਾ ਇਤਿਹਾਸ ਇਹ ਦੱਸਦਾ ਕਿ ਵੀ ਸਾਡੇ ਖਿਲਾਫ਼ ਜੰਗ ਭਾਵੇਂ ਦੁਸ਼ਮਣੀ ਸ਼ੁਰੂ ਕਰਦਾ, ਉਹ ਮੁਗਲ ਹੋਣ, ਅਫਗਾਨ ਹੋਣ, ਅੰਗਰੇਜ਼ ਹੋਣ, ਪਰ ਫਾਈਨਲ ਸੇ ਸਾਡੀ ਹੁੰਦੀ ਹੈ, ਫਾਈਨਲ ਜਿਹੜਾ ਹੈ ਅੰਤ ਅਸੀਂ ਕਰਦੇ ਜੀ। ਔਰ ਇਹ ਲਗਭਗ ਉਸ ਕਰੈਕਟਰ ਦੇ ਨਾਲ ਹੀ ਮੇਲ ਖਾਂਦਾ ਹੈ ਜਿਹੜਾ ਪਠਾਣਾ ਦਾ ਕਰੈਕਟਰ ਮੰਨਿਆ ਜਾਂਦਾ ਹੈ। ਔਰ ਜਦੋਂ ਅਮਰੀਕਾ ਨੇ 9/11 ਤੋਂ ਬਾਅਦ ਅਫਗਾਨਿਸਤਾਨ 'ਤੇ ਧਾਵਾ ਬੋਲਿਆ ਅਤੇ ਇੱਕ ਅਮੈਰੀਕਨ ਜਰਨਲਿਸਟ ਨੇ ਉੱਥੇ ਕਿਸੇ ਨੂੰ ਪੁੱਛਿਆ ਕੌਮਨ ਪਠਾਣ ਨੂੰ ਕਿ ਜੀ ਇਹਦਾ ਕੀ ਅੰਜ਼ਾਮ ਹੋਏਗਾ, ਇਹ ਸਾਰਾ ਜਿਹੜਾ ਕੀ ਹੈ, ਉਹਨੇ ਕਿਹਾ ਜੀ ਇਹ ਠੀਕ ਹੈ, ਤੁਸੀਂ ਆ ਗਏ ਹੋ, ਬਹੁਤ ਚੰਗੀ ਗੱਲ ਹੈ, ਘੜੀ ਤੁਹਾਡੀ ਅਤੇ ਟਾਈਮ ਸਾਡਾ ਜੀ, ਹੁਣ ਜਾਓਗੇ ਤੁਸੀਂ ਉਦੋਂ ਹੀ ਜਦੋਂ ਅਸੀਂ ਚਾਹਵਾਂਗੇ, ਆਉਣਾ ਤੁਹਾਡਾ ਹੱਥ ਸੀ, ਤੁਸੀਂ ਆ ਗਏ ਜੀ, ਪਰ ਹੁਣ ਜਾਓਗੇ ਸਾਡੀ ਮਰਜ਼ੀ ਨਾਲ ਹੀ। ਸੋ ਜ਼ਾਹਰ ਹੈ ਕਿ ਇਹ ਬੜਾ ਉਦੋਂ ਤਾਂ ਲੱਗਦਾ ਸੀ ਕਿ ਵੀ ਕਿ ਐਡੀ ਵੱਡੀ ਅਮਰੀਕਨ ਪਾਵਰ, ਸੁਪਰ ਪਾਵਰ, ਡੇਜ਼ੀ ਕਟਰ, ਰੋਜ਼ੀ ਕਟਰ, ਜਹਾਜ਼ ਇਹਨਾਂ ਦੇ ਪੂਰੇ ਲੱਦ ਕੇ ਜਿਹੜੇ ਨੇ ਸਾਰੇ ਟੈਂਕ ਔਰ ਦੂਸਰੇ ਉੱਥੇ ਗਏ, ਲੇਟੈਸਟ ਵੈਪਨਰੀ ਔਰ ਲੇਟੈਸਟ ਟੈਕਨੋਲੋਜੀ, ਪਰ ਅਸੀਂ ਦੇਖਦੇ ਹਾਂ ਵੀ ਇਹਦਾ ਐਂਡ ਜਿਹੜਾ ਹੈ ਉਹ ਉਹਨਾਂ ਨੇ ਹੀ ਫਾਈਨਲ ਡਿਸਾਈਡ ਕੀਤਾ ਵੀ ਇਹਨਾਂ ਨੂੰ ਇਹਨਾਂ ਨੇ ਕਦੋਂ ਆਉਣਾ। ਔਰ ਉਹਨਾਂ ਨੇ ਮਾੜਾ ਮੋਟਾ ਫੇਸ ਸੇਵਿੰਗ ਲੱਭ ਰਹੇ ਨੇ ਕਿ ਵੀ ਹੁਣ 2014 'ਚ ਕਾਫ਼ੀ ਇਹਨਾਂ ਦੀ ਵਿਦਡਰੋਲ ਹੋਈ ਹੈ, ਅੱਗੋਂ ਕੀ ਹੋਏਗਾ ਇਹ ਵੱਖਰੀ ਗੱਲ ਹੈ। ਸੋ ਸਿੱਖਾਂ ਦੀ ਹਿਸਟਰੀ ਵੀ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਬਹਾਦਰ ਸ਼ਾਹ ਨੇ, ਉਸ ਤੋਂ ਪਹਿਲਾਂ ਔਰੰਗਜ਼ੇਬ ਨੇ ਸਿੱਖਾਂ ਦੇ ਖਿਲਾਫ਼ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਡਾਇਰੈਕਟ ਕਨਫਰੰਟੇਸ਼ਨ ਦੀ ਲਾਈਨ ਲਈ, ਪਹਿਲਾਂ ਜਹਾਂਗੀਰ ਨੇ ਲਈ ਸੀ, ਪਰ ਜਹਾਂਗੀਰ ਨੂੰ 4 ਜੰਗਾਂ ਤੋਂ ਬਾਅਦ ਜਿਹੜੀ ਹੈ ਉਹ ਸਮਝ ਆ ਗਈ, ਉਹਨੇ ਫਿਰ ਇੱਕ ਦੋਸਤਾਨਾ ਜਿਹੜਾ ਜਹਾਂਗੀਰ ਦਾ ਪਹਿਲੀ ਸਟੇਜ ਸੀ 6ਵੇਂ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਦਾ, ਜੰਗਾਂ ਤਾਂ ਸ਼ਾਹਜਹਾਂ ਵੇਲੇ ਹੋਈਆਂ, ਲੇਕਿਨ ਮਤਲਬ ਜਹਾਂਗੀਰ ਨੇ ਉਸ ਜਲਵੇ ਨੂੰ ਹੀ ਦੇਖ ਕੇ ਗੁਰੂ ਸਾਹਿਬਾਨ ਦੇ ਸਿੱਖਾਂ ਦੇ ਦੋਸਤਾਨਾ ਰੱਖਿਆ। ਸ਼ਾਹਜਹਾਂ ਦੇ ਵੇਲੇ 4 ਜੰਗਾਂ ਹੋਈਆਂ, ਫਿਰ ਅਸੀਂ ਦੇਖਦੇ ਹਾਂ ਵੀ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਫਿਰ ਚੈਲੇਂਜ ਕੀਤਾ ਸਿੱਖਾਂ ਨੂੰ, ਅਦਰਵਾਈਜ਼ 7ਵੇਂ ਪਾਤਸ਼ਾਹ ਨੇ 2200 ਘੋੜ ਸਵਾਰ ਰੱਖੇ ਸੀ ਪਰ ਡਾਇਰੈਕਟ ਕੋਈ ਕਨਫਰੰਟੇਸ਼ਨ ਨਹੀਂ ਸੀ, ਅਤੇ ਫਿਰ ਅਲਟੀਮੇਟਲੀ ਮੁਗਲੀਆ ਰਾਜ ਦੀ ਜੜ ਸਿੱਖਾਂ ਨੇ ਪੁੱਟੀ ਹੈ। ਇਤਿਹਾਸ ਦਾ ਉਹ ਚੈਪਟਰ ਹੈ ਕਿ ਇੱਕ ਸਦੀ ਅਸੀਂ ਲੜੇ, ਸਿਰਾਂ ਦੇ ਮੁੱਲ ਪਏ, ਘੱਲੂਘਾਰਿਆਂ 'ਚੋਂ ਲੰਘੇ। ਔਰ ਇਹੀ ਗੱਲ ਅਫਗਾਨਾਂ ਨੇ, ਜੇ ਅਹਿਮਦ ਸ਼ਾਹ ਅਬਦਾਲੀ ਨੇ ਦਰਬਾਰ ਸਾਹਿਬ ਨੂੰ ਟਾਰਗੇਟ ਕੀਤਾ, ਵੱਡਾ ਘੱਲੂਘਾਰਾ ਵਰਤਾਇਆ, ਅਤੇ ਫਿਰ ਫਾਈਨਲ ਚੈਪਟਰ ਸਿੱਖਾਂ ਨੇ ਹੀ ਲਿਖਿਆ, ਦਰਾ ਖੈਬਰ 'ਤੇ ਜਾ ਕੇ ਜਮਰੌਦ ਦੇ ਉੱਤੇ ਕੇਸਰੀ ਨਿਸ਼ਾਨ ਚੁਲਾ ਕੇ। ਅੰਗਰੇਜ਼ਾਂ ਨੇ ਵੀ ਧੋਖੇ ਦੇ ਨਾਲ ਔਰ ਖਰੀਦ ਕੇ ਵਿੱਚੋਂ ਗੱਦਾਰ ਰਾਜ ਖੋਇਆ, ਪਰ ਅੱਜ ਜਦੋਂ ਅਸੀਂ ਅੰਗਰੇਜ਼ਾਂ ਨੂੰ ਬਾਹਰ ਕੱਢਣ 'ਚ ਕੁਰਬਾਨੀਆਂ ਦਾ ਜ਼ਿਕਰ ਦੇਖਦੇ ਹਾਂ ਤਾਂ 80% ਸਿੱਖ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਕੀਤੀ। ਔਰ ਹੁਣ ਵੀ ਉਹਨਾਂ ਨੇ ਇੰਦਰਾ ਗਾਂਧੀ ਦਾ ਹਵਾਲਾ ਵੀ ਦਿੱਤਾ ਕਿ ਉਹਨੇ ਸ਼ੁਰੂ ਕੀਤਾ, ਉਹਦਾ ਪਤਾ ਨਹੀਂ ਹੋਰ ਕੀ ਇਰਾਦੇ ਸੀ, ਪਰ 3-4 ਮਹੀਨਿਆਂ 'ਚ ਸਿੱਖਾਂ ਨੇ ਜਿਹੜਾ ਉਹ ਡਿਸਾਈਡ ਕਰ ਦਿੱਤਾ ਉਹਦਾ। ਔਰ ਇਹੀ ਇਸ ਰਜੀਮ ਦੇ ਬਾਕੀਆਂ ਦਾ ਵੀ ਹਾਲ ਹੋਏਗਾ। ਇਨ ਦਾ ਐਂਡ ਆਫ ਦਾ ਡੇ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਤੁਹਾਡਾ ਵੀ ਅੰਤ ਜਿਹੜਾ ਤੁਹਾਡਾ, ਜਦੋਂ ਅਸੀਂ ਤੁਹਾਡਾ ਕਹਿੰਦੇ ਹਾਂ ਤਾਂ ਇਹ ਵਿਚਾਰਧਾਰਾ ਹਿੰਦੂ ਤੋਂ ਵੀ, ਜਿਹਨੂੰ ਬ੍ਰਾਹਮਣਵਾਦ ਕਹਿੰਦੇ ਨੇ, ਜਿਹਨੇ ਬੁੱਧ ਧਰਮ ਨਿਗਲਿਆ, ਜੈਨ ਧਰਮ ਨਿਗਲਿਆ, ਉਹਨਾਂ ਨੇ ਕਿਹਾ ਜੀ ਸਿੱਖ ਇਸ ਫਾਈਨਲ ਬੈਟਲ 'ਚ ਨਾ ਸਿਰਫ ਤੁਹਾਨੂੰ ਮੁਕੰਮਲ ਡਿਫੀਟ ਦੇਣਗੇ ਪਰ ਤੁਹਾਡਾ ਪੇਟ 'ਚ ਆਖ ਕਰਕੇ ਉਹਦੇ 'ਚੋਂ ਬੁੱਧ ਅਤੇ ਜੈਨ ਜਿਹੜੇ ਤੁਸੀਂ ਨਿਗਲੇ ਹੋਏ ਨੇ ਉਹਨਾਂ ਨੂੰ ਵੀ ਬਾਹਰ ਕੱਢਣਗੇ। ਸੋ ਇਹ ਬੜਾ ਅੱਛਾ ਮੈਟਾਫਰ ਇਸਤੇਮਾਲ ਕੀਤਾ। ਸੋ ਕੋਈ ਫਿਜ਼ੀਕਲ ਬੋਡੀ ਤਾਂ ਨਹੀਂ ਹੁੰਦੀ ਵੀ ਤੁਸੀਂ ਕਿਸੇ ਦਾ ਪੇਟ ਚੀਰਨਾ, ਪਰ ਇਹ ਹੁੰਦਾ ਕਿ ਜਦੋਂ ਕੋਈ ਇਸ ਕਿਸਮ ਦਾ ਐਨਮੀ ਜਿਹਨੇ ਪਹਿਲਾਂ ਹੀ ਬਾਕੀਆਂ ਨੂੰ ਨਿਗਲਿਆ ਹੋਏ, ਤੁਸੀਂ ਉਹਦਾ ਘੋਗਾ ਚਿੱਤ ਕਰਦੇ ਹੋ ਤਾਂ ਜ਼ਾਹਰ ਹੈ ਉਹਦੇ ਢਿੱਡ 'ਚ ਜਿਵੇਂ ਮਗਰਮੱਛ ਹੁੰਦਾ, ਕਈ ਵਾਰੀ ਮਗਰਮੱਛ ਖਾਂਦਾ ਨਹੀਂ, ਸਵਾਲੋ ਹੀ ਕਰਦਾ, ਅਤੇ ਜੇ ਉਹਦਾ ਪੇਟ 'ਚ ਆ ਕਰਤਾ ਕਈ ਬਾਕੀ ਜਿਉਂਦਾ ਹੀ ਨਿਕਲਵਾਉਂਦੇ ਨੇ ਵਿੱਚੋਂ। ਸੋ ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਵੀ ਅਸੀਂ ਅਲਟੀਮੇਟਲੀ ਤੁਹਾਡੇ ਹੀ ਇਹ ਜਿਹੜੀ ਨੋਨ ਟੋਲਰੈਂਸ ਵਾਲੀ ਨੀਤੀ ਹੈ ਜਿਹਦੇ ਥੱਲੇ ਤੁਸੀਂ ਦੂਸਰਿਆਂ ਨੂੰ ਐਗਜਿਸਟ ਨਹੀਂ ਕਰਨ ਦਿੱਤਾ, ਉਸ 'ਤੇ ਐਂਡ ਕਰਾਂਗੇ।
ਬਾਕੀ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਬੜੇ ਖੁਸ਼ ਹੋ ਕਿ ਤੁਸੀਂ ਆਰ ਐੱਸ ਐੱਸ ਸਿੱਖ ਭਰਤੀ ਕਰ ਰਹੇ ਹੋ, ਪਰ ਜਿਹੜੇ ਤੁਸੀਂ ਕੀਤੇ ਨੇ ਇਹਨਾਂ ਦੀ ਜ਼ਮੀਰ ਵੀ ਜਾਗੇਗੀ, ਤਾਂ ਫਿਰ ਤੁਹਾਡੇ ਅੱਗੋਂ ਪੁੱਤਰ ਧੀਆਂ ਕਹਿਣਗੇ ਵੀ ਸਾਡੇ ਪੈਸੇ ਵੀ ਖਾ ਗਏ, ਬੰਦੇ ਵੀ ਗਏ, ਵੀ ਉਹਨਾਂ ਨੇ ਫਿਰ ਤੁਹਾਡਾ ਤੁਹਾਨੂੰ ਜਿਹੜਾ ਸਬਕ ਸਿਖਾਉਣਾ। ਔਰ ਬਾਕੀ ਉਹਨਾਂ ਨੇ ਕੰਕਲੂਡ ਇਹੀ ਕੀਤਾ ਕਿ ਵੀ ਇਹ ਨਿਸ਼ਚੈ ਵਾਚਕ ਸੱਚ ਹੈ 101 ਫੀਸਦੀ ਕਿ ਅਲਟੀਮੇਟਲੀ ਅਸੀਂ ਆਪਣੀ ਡੈਸਟਨੀ ਘੜਨੀ ਹੈ ਜੀ। ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ ਜੀ। ਰਾਜ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰਸ ਦੋਸਤਾਨਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।